ਕਿੱਦਾਂ ਰਿਹਾ ਫਿਰ ਅੱਜ ਕਿੱਦਾਂ ਨਾਲ ਆਇਆ ਮੈਂ ਤਾਂ ਆਇਆ ਬੋਲਟ ਤੇ ਰਾਤੀ ਕਿੰਨੇ ਵਜੇ ਸੁੱਤਾ ਸੀਗਾ ਇੱਕ ਪਹਿਲੀ ਸੇਲੀ ਨਾਲ ਗੱਲ ਦੂਜੀ ਸੇਲੀ ਚਾਰ ਤਿੰਨ ਚਾਰ ਹਾਂ ਵਹੀ ਕਿੱਥੇ ਚੱਲੇ ਜਨਾਬ ਦੇਖ ਸੋਬੀ ਤੇ ਮੈਨੂੰ ਤੰਗ ਨਾ ਕਰ ਮੈਨੂੰ ਕਲਾਸ ਚ ਜਾਣ ਦੇ ਭਰਾਵਾ ਨਹੀਂ ਆਈਆਂ ਯਾਰ ਅੱਜ ਹਲਾਬ ਦੇਖੀਏ ਨਾ ਆਈਆਂ ਨਹੀਂ ਅਜੇ ਤੱਕ ਕੋਈ ਕੁਛ ਮੇਰੀ ਗੱਲ ਸੁਣ ਬੱਬੂ ਹਾਂ ਹਾਂ ਨਵੀਂ ਗੱਡੀ ਲੈ ਰਿਹਾ ਤੇਰਾ ਭਾਈ ਏ ਓਏ ਸੀ ਸੀ ਮਰਾ ਸਤਿ ਸ਼੍ਰੀ ਅਕਾਲ ਜੀ ਵੇਲੇ ਜੇ ਚਲੋ ਸਾਈਡ ਹੋ ਆ ਜਾਓ ਜੀ ਆ ਜਾਓ ਵੈਸੇ ਯਾਰ ਅਸੀਸ ਹੈ ਤਾਂ ਸੋਹਣੀ ਹਨਾ ਹਰਸ਼ ਬੰਬੇ ਜਿਵੇਂ ਮਾਡਲ ਵਰਗੀ ਹੋਰ ਕੀ ਚੱਲ ਫਿਰ ਕੀ ਹੋਇਆ ਮਾਡਲ ਹੈ ਵੀ ਆਪਣੇ ਸਕੂਲ ਦੀ ਹੋਈ ਹਨਾ ਇਹ ਮਾਡਲ ਮਿਲ ਗਈ ਹੋਵੇ ਤੁਹਾਡਾ ਫੈਸ਼ਨ ਸ਼ੋਅ ਨਾ ਕਰਾ ਦਵਾਂ ਕਰ ਦਿੰਦੇ ਆ ਸਰ ਸਰ ਤੁਸੀਂ ਕਿੱਥੋਂ ਆਏ ਯਾਰ ਤਾਰ ਕੇ ਗਿਆ ਮੈਨੂੰ ਸਰ ਤੁਸੀਂ ਸਾਡੇ ਕੋਲ ਆ ਕੇ ਖੜੇ ਹੋ ਗਏ ਜੇ ਸਾਡੇ ਮੂੰਹ ਚੋਂ ਕੁਝ ਗਲਤ ਨਿਕਲ ਜਾਂਦਾ ਫੇਰ ਤਾਂ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਸੀ ਸਾਡੇ ਅੱਗੇ ਚਲ ਬਕਵਾਸ ਮਾਰੀ ਜੰਨੇ ਸਾਰੀ ਦਿਹਾੜੀ ਕੁੱਤੇ ਵਾਂਗੂ ਬੋਲੀ ਜਾਂਦੇ ਬੋਲੀ ਜਾਂਦੇ ਗੁੱਡ ਮਾਰਨਿੰਗ ਸਰ ਬਜੋ ਥੈਂਕ ਯੂ ਸਰ ਆਜੋ ਫਿਰ ਰੋਲ ਨੰਬਰ 1 ਪ੍ਰੈਜ਼ੈਂਟ ਸਰ ਔਰ ਰੋਲ ਨੰਬਰ 2 ਪ੍ਰੈਜ਼ੈਂਟ ਸਰ ਨਹੀਂ ਆਈ ਜੀ ਆ ਕੌਣ ਬੋਲਿਆ ਓ ਸਰ ਤੁਹਾਡੇ ਕੰਨ ਵੱਜੀ ਜਾਂਦੇ ਮੇਰੇ ਖਿਆਲ ਨਾਲ ਹਾਂ ਸਰ ਹੋਰ ਕੀ ਕੋਈ ਨਹੀਂ ਉਮਰ ਦੇ ਨਾਲ ਨਾਲ ਸੁਣਨਾ ਘੱਟ ਹੋ ਜਾਂਦਾ ਵੈਸੇ ਹੀ ਵਾਸ ਨਾਲ ਨਹੀਂ ਤਾਂ ਕੀ ਮਾਜੀ ਹੋਰ ਸਰ ਤੁਹਾਡੀਆਂ ਸ਼ਕਲਾਂ ਦੇਖ ਕੇ ਸ਼ਾਇਰੀਆਂ ਨਿਕਲਣਗੀਆਂ ਅਨੰਦ ਦਾ ਦੇਖਦਾ ਪੀਜੀ ਤੋਂ ਵਿਆਹ ਮਿਲ ਜਾਣਾ ਰੋਲ ਨੰਬਰ 3 ਪ੍ਰੈਜ਼ੈਂਟ ਸਰ ਆਗਣ ਬੋਲਿਆ ਸਰ ਪਿਛਲੇ ਹੀ ਆ ਉਹੀ ਬੋਲ ਰਹੇ ਆ ਕੋਈ ਗੱਲ ਨਹੀਂ ਤੂੰ ਆਪਣੇ ਕੰਮ ਵੱਲ ਧਿਆਨ ਦੇ ਆਪੇ ਚੁੱਪ ਕਰ ਜੂਗੇ ਅੱਜ ਕੀ ਪੜਨਾ ਫਿਰ ਕੋਈ ਨਹੀਂ ਇਹਨੂੰ ਕਿਹੜਾ ਯਾਦ ਰਹਿੰਦਾ ਦੂਜਾ ਕਿਹਦੇ ਚੈਪਟਰ ਹੈ ਸਰ ਜੀ ਤੁਸੀਂ ਤਾਂ ਇਹ ਪੰਜਵਾਂ ਚੈਪਟਰ ਕਹਿ ਰਹੇ ਸੀ ਪੜਾਉਣ ਨੂੰ ਅੱਛਾ ਅੱਛਾ ਚਲੋ ਕੰਟੋ ਕਿਤਾਬਾਂ ਫਿਰ ਸਰ ਤੁਸੀਂ ਟੈਸਟ ਲੈ ਨਹੀਂ ਸੀ ਕਿਹਾ ਅੱਜ ਅੱਛਾ ਮੈਂ ਤਾਂ ਪਤਾ ਹੀ ਸੀ ਮੈਂ ਤਾਂ ਚੈੱਕ ਕਰਦਾ ਸੀ ਤੁਹਾਨੂੰ ਕਿੰਨਾ ਯਾਦ ਹੈ ਕਿ ਨਹੀਂ ਯਾਦ ਚਲੋ ਕੰਟੋ ਕਾਪੀਆਂ ਫਿਰ ਤੇਰੀ ਯਾਦ ਤਾਂ ਯਾਦ ਹੀ ਨਹੀਂ ਹੈ ਇੰਨਾ ਕੁ ਤਾਂ ਯਾਦ ਮੈਨੂੰ ਰਹਿ ਹੀ ਜਾਂਦਾ ਬਾਹਰ ਮਿਲ ਸਕਦਾ ਜੇ ਤੂੰ ਆਉਂਦਾ ਤੂੰ ਮੈਂ ਤੇ ਹੀ ਕਰਦਾ ਉਹ ਜ਼ਬਾਨ ਜ਼ਿਆਦਾ ਨਹੀਂ ਚੱਲਣ ਲੱਗੀ ਤੇਰੀ ਟਿਕ ਜਾ ਮਹਿੰਗਾ ਪਊ ਸਰ ਦੇਖ ਲਓ ਫਿਰ ਕਿੱਦਾਂ ਬੋਲ ਰਿਹਾ ਤੁਹਾਡੇ ਸਾਹਮਣੇ ਤੁਸੀਂ ਕੁਝ ਕਹਿੰਦੇ ਹੋ ਨਹੀਂ ਇਹਨਾਂ ਨੂੰ ਓਏ ਓਏ ਚੁੱਪ ਕਰ ਗਿਆ ਓਏ ਜੋ ਤਾਂ ਹੋ ਰਿਹਾ ਸ਼ਾਂਤ ਤੂੰ ਹੁਣ ਤੂੰ ਤਾਂ ਓ ਕੀ ਛੋਟੇ ਛੋਟੇ ਲਾਈ ਜਾ ਨਾਮ ਵੀ ਹੈਗਾ ਮੇਰਾ ਸਰ ਤੁਸੀਂ ਹਟਾਉਂਦੇ ਕਿਉਂ ਨਹੀਂ ਇਹਨਾਂ ਸਿਮਰਨ ਤੂੰ ਕੀ ਲੈ ਕੇ ਆਈ ਆ ਮੈਨੂੰ ਤਾਂ ਮੰਮੀ ਨੇ ਅੱਜ ਗਜਰੇਲਾ ਭੇਜਿਆ ਅੱਛਾ ਵਾਓ ਚੱਲ ਖਾਈਏ ਮੰਮੀ ਨੇ ਦੱਸਿਆ ਇਹ ਚੀਜ਼ ਦਾ ਫੇਵਰੇਟ ਹੈ ਅੱਛਾ ਚੱਲ ਖਾਈਏ ਫਿਰ ਆਜਾ ਚੱਲ ਕੱਢ ਟਿਫਨ ਫਿਰ ਹੁਣ ਇੰਦਰ ਤੂੰ ਕੀ ਲੈ ਕੇ ਆਇਆ ਮੈਂ ਅੱਜ ਟਿਫਨ ਕਰੇ ਭੁੱਲ ਗਿਆ ਯਾਰ ਚੱਲ ਫਿਰ ਕੀ ਗੱਲ ਹੈ ਸਾਡੇ ਨਾਲ ਸ਼ੇਅਰ ਕਰ ਲੈ ਗਜਰੇਲਾ ਲਿਆਈਏ ਹੈ ਓਏ ਆ ਇੰਦਰ ਬੜੀ ਆਵਾਂ ਨਹੀਂ ਕਰਦਾ ਹੈ ਅਸੀਸ ਹੂੰ ਕਦੇ ਗਦੇ ਨੂੰ ਖਾਂਦੇ ਵੇਖਿਆ ਨਹੀਂ ਤਾਂ ਕਿਉਂ ਪਿੱਛੇ ਵੇਖ ਉਹ ਕੀ ਬੋਲੇ ਓਏ ਨਾਲੇ ਕੁਛ ਨਹੀਂ ਵੀਰੇ ਮੈਂ ਤਾਂ ਤਾਰੀਫ ਹੀ ਕੀਤੀ ਸੀ ਹਵਾ ਗੱਡਣ ਵਾਲੀ ਹੋਈ ਹੈ ਇਹਦੀ ਐਵੇਂ ਹੀ ਹੋ ਸਾਡੇ ਭਰਾ ਚੱਲ ਯਾਰ ਚੱਲੀਏ ਅੰਦਰ ਚੱਲ ਯਾਰ ਆਹੋ ਉਰੇ ਖੜਦੇ ਯਾਰ ਓ ਯਾਰ ਅੱਜ ਕੱਲ ਇੰਦਰ ਬਾਲਾ ਨਹੀਂ ਹਵਾ ਚ ਆ ਗਿਆ ਸਵੇਰ ਦਾ ਬੋਲੀ ਜਾਂਦਾ ਯਾਰ ਆਹ ਕੋਈ ਨਹੀਂ ਦੇਖਦੇ ਇਹਨੂੰ ਆਣ ਦੇ ਇਹਨੂੰ ਦੱਸਦੀ ਆ ਵੀ ਆਪਣੇ ਨਾਲ ਵਾਹ ਪਿਆ ਦਾ ਕੀ ਹੁੰਦਾ ਆ ਹੋਰ ਕੀ ਆਣ ਦੇ ਇਹਨੂੰ ਇੱਕ ਵਾਰ ਆ ਗਿਆ ਦੇਖ ਲਾ ਦੇਖਦੇ ਇਹਨੂੰ ਆ ਜਾ ਹਾਂ ਬਈ ਕਿੱਧਰ ਨੂੰ ਕਲਾਸ ਚ ਜਾ ਰਿਹਾ ਮੈਨੂੰ ਕਲਾਸ ਚ ਜਾਣ ਦੋ ਹਲੇ ਕੀ ਕਲਾਸ ਜਾਣਾ ਪੀਰੀਅਡ ਵੀ ਨਹੀਂ ਸ਼ੁਰੂ ਹੋਇਆ ਮੈਂ ਰਿਵੀਜ਼ਨ ਕਰਨੀ ਆ 8th ਪੀਰੀਅਡ ਸਾਰੇ ਟੈਸਟ ਲੈਣਾ ਮੈਂ ਉਹਦੀ ਰਿਵੀਜ਼ਨ ਨਹੀਂ ਕਰਨੀ ਤੁਸੀਂ ਤਾਂ ਵਿਹਲੇ ਹੋ ਜਾਓ ਤਾਂ ਮੈਨੂੰ ਕਲਾਸ ਤੈਨੂੰ ਕਿਹਾ ਹਟ ਜਾ ਹਾਂ ਤੈਨੂੰ ਕਿਉਂ ਨਾ ਵੀ ਦੱਸ ਰਿਹਾ ਤੂੰ ਆ ਫਾਲਤੂ ਬੋਲਦਾ ਤੂੰ ਕਿਉਂ ਮਰਦਾ ਮੈਂ ਕਿਸੇ ਪਾਸੇ ਨਾ ਮੈਂ ਸਰ ਨੂੰ ਦੱਸ ਦਿੰਦਾ ਸਰ ਹਟ ਜਾ ਜੀ ਸਰ ਜੀ ਬਲਾ ਮੈਨੂੰ ਹੈ ਮੈਂ ਓਏ ਆ ਕੀ ਕਰ ਮਰ ਗਿਆ ਨਾ ਸੱਚੀ ਕਰ ਮਰ ਗਿਆ ਨਾ ਮਰ ਗਿਆ ਨਾ ਮੈਨੂੰ ਓਏ 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 ਆ ਯਾ ਇਹਨਾਂ ਦਾ ਰੋਮੇ ਨੇ ਕੋਸ਼ ਕਰਨਾ ਪੈਣਾ ਓਏ ਓਏ ਚਲੋ ਕਲਾਸ ਦੇ ਅੰਦਰ ਮੈਡਮ ਆਈ ਹੈ ਜੀ ਚਲੋ ਚਲੋ ਅੰਦਰ ਚਲੋ ਅੰਦਰ ਕਲਾਸ ਦੇ ਚਲੋ ਬਾਕੀ ਮੈਡਮ ਦਾ ਰੋਮ ਹੈਗਾ
गुड मॉर्निंग स्टूडेंट, सिट डाउन। तुसी तो मैं खड़े हो, पूरे स्कूल च थोड़े बारे चर्चा हो रही है, तुसी क्यों लड़ते फिरते हो, पढ़ भी लिया करो। मैडम असि कहता कोई कुड़ी छेड़ती नौकरियां मिल जान, अपना काम खोलन जिता कोई हर्ज नहीं है, क्यों सोबित? बिल्कुल हाँ जी मैडम जी। देखो थानू इधर ही पढ़ना तो पैना ही है, बिना पढ़े था नहीं सरना थोड़ा, तुसी बहुत कुछ कर सकते हो जिंदगी च, पर सिर्फ एक लोड़ है गोल ते फोकस दी, ते करूंगी ट्राई, बोलो। चलो चुप करो, हुण जे तुसी सोच ही लिया सुधरन बारे ते हुण दोस्ती भी कर लो आपस, चलो हाथ मिलाओ। इंदर जाओ, जाओ इंदर। क्या बात है, मैं तो थानू पहले कहा सी मैडम ता साडे हैगे ही कमाल है, किन्नी आसानी नाल थानू समझाता। तुसी विना सर। अए मैं सर गलती नाल माफ करियो, थानू भी रीसेट हो गए सीगे, 25 हाका मारियां मैं। कोई नहीं सर, मैं समझाउनी आ। हां जी समझाओ मैडम प्यार नाल, मैं ता समझाई लेना। कोई गल नहीं मैं। लो जी इहनू ता जां स्कूल कह लो जां जन्नत दा दूजा नाल, तुसी हले तक इत्थे ही हो। चलो वीडियो वधिया लगी हो तां लाइक कर दिओ, दोस्तां नाल शेयर कर दिओ, ते कमेंट जरूर करो, एंड तुसी भी दस्सो अपने टाइम तुसी फ्रंट बेंचर सीगे या बैक बेंचर। तक तक लई स्टेटर पैकअप पैकअप कहते। और एक असी इसी सिमरन आ दियां। सत श्री अकाल जी। वेले जे चलो सोई डो। पहले अपने मुंह ले आई, फिर मैं अपने मुंह के लिया, फिर लड़ाई शुरू। तेन क्या हट जा, मैडम भैया डटा जा, किसके लिए उधर रख दे, घूमी जाता लाल हो गया, इधर रहना बस। ओके गुलाब चेक कर दे उधर की बेटा, मम्मा सर को देनी है बाहर। ओए अरे थोड़ा सा होया हो गए, थोड़ा सा जाओगे, एक पेन तो काट लो भाई। ਨੀ ਪੈਨ ਦੂਜਾ ਫੜਿਆ ਤਾਂ ਸੀ ਮੈਂ ਪਹਿਲਾਂ ਕਾਪੀ ਸਿੱਧੀ ਕਰ, ਚਲੋ ਪੱਟਾ ਦਾ ਸਟਾਰਟ ਕਰਦੇ ਹਾਂ। ਰੋਲ ਨੰਬਰ 1। ਹੈਲੋ ਮੈਮ, ਗੱਲ ਮੈਂ ਹੈਲੋ ਕਰਾਂ ਬੱਚਿਓ, ਮੈਨੂੰ ਤਾਂ ਪਹਿਲੀ ਪਤਾ ਸੀ ਮੈਡਮ ਤੁਹਾਡੇ ਹੈਗੇ ਹੀ ਕਮਾਲ ਹੈ, ਅੱਗੇ ਤਾਂ ਧਿਆਨ ਰੱਖਿਓ। ਹਾਂਜੀ ਸਰ। ਮੈਡਮ ਇਹ ਵੀ ਸਮਝਾ ਦਿਓ, ਸਮਝਾ ਦਿੰਦੇ ਮੈਂ, ਆਪ ਤੋਂ ਵੱਡੇ ਦੇ ਹੱਥ ਨਹੀਂ ਚੱਕਣਾ ਕਿਸੇ ਨੇ ਵੀ। ਹਾਂਜੀ ਸਰ ਸਮਝੋ ਵੀ। ਹੋਰ ਮੈਡਮ ਤੁਸੀਂ ਕਿੱਥੋਂ, ਤੁਸੀਂ ਵੀ ਨਾ ਬੋਲੋ ਬੋਲੋ ਸਰ, ਤੁਸੀਂ ਵੀ ਨਾ। ਓਏ ਸਰ ਦੇਖ ਲਓ ਸਵਾਰ ਯਾਰ, ਤੁਸੀਂ ਸਰ ਮੋਰੇ ਬੋਲ ਰਹੇ, ਤੁਸੀਂ ਜੱਤੀ ਹੋਣੀ ਨਾ, ਤੁਸੀਂ ਚੁੱਪ ਕਰ ਜਾਓ। ਓਏ ਸਰ ਉਹਨਾਂ ਨੂੰ ਮੈਨੂੰ ਓਏ ਓਏ ਬਾਂਦਰ ਜਿਹੇ, ਅਕਲ ਨਾ ਵਾਸਤਾ, ਘਰ ਦੇ ਸਾਡੇ ਪਾਸ ਤੁਹਾਨੂੰ ਕਿੱਦਾਂ ਭੇਜ ਦਿੰਦੇ, ਆਲੂ ਦੇ ਪਰੌਂਠੇ ਖਾ ਕੇ ਆ ਜਾਂਦੇ ਸਵੇਰੇ।